नहीं चलेगी, नहीं चलेगी। गढ़ शंकर ब्लाक के पिंड बोड़ा विखे 690 सफेदे के दरख्तों की बोली रद्द होने समय हंगामा हो गया। बोली रद्द होने कारण तत्ते हुए ठेकेदारां ने बिना किसी कारण बोली रद्द करके खज्जल खुआर किए जाने का दोष लगाते हुए विभाग के डिप्टी डायरेक्टर खिलाफ जम के नारेबाजी करदियां भड़ास कढ़ी। ठेकेदारां ने दोष लगाया कि मौके से पहुंचे डिप्टी डायरेक्टर साहब 5 मिनट में बोली रद्द करके चले गए और उन्होंने यह भी दोष लगाया कि बोली रद्द करने पिछे मंशा कोई होर सी, जबकि बोली रद्द करन दा बहाना कोई होर बनाया जा रहा है। इस मौके 71 वड्डी गिणती विच ठेकेदारां जिन्हां विच तरनजीत खुल्लर समराला, डॉक्टर कंवरजीत सिंह अमृतसर, शमशेर सिंह गुरुहर सराय अते होरां ने दस्सिया कि बोली लई दित्ते इश्तिहार विच 5 लाख दी शर्त सिक्योरिटी रकम जमा करवाउण दी रखी हुई सी। उन्होंने दस्सिया कि 87 ठेकेदार बोली लई पहुंचे सन जिन्हां विच 5-5 लाख दी जमानती रकम जमा करवाई गई अते बोली दौरान हाजर विभाग के डिप्टी डायरेक्टर कुछ समय बाद ही उठ के चले गए। हाँ जी, अज पिंड बोड़ा ब्लॉक गढ़शंकर तहसील हुशियारपुर जिला हुशियारपुर अज इत्थे पंचायत वालों सफेदियां की नीलामी रखी गई सी जिस विच जिहड़ियां शर्तां सन ਉਹ ਇੱਥੇ 87 ਬੰਦਿਆਂ ਨੇ 5-5 ਲੱਖ ਰੁਪਈਆ ਆਪਣੀ ਸਿਕਿਉਰਿਟੀ ਜਮ੍ਹਾਂ ਕਰਾਈ ਸੀ। ਉਸ ਤੋਂ ਬਾਅਦ ਸਿਕਿਉਰਿਟੀ ਤੋਂ ਬਾਅਦ ਡਿਪਟੀ ਡਾਇਰੈਕਟਰ ਜਿਹਦਾ ਪੂਰਾ ਨਾਂ ਸਾਨੂੰ ਨਹੀਂ ਪਤਾ, ਸੰਧੂ ਕਹਿੰਦੇ ਸਨ, ਉਹ ਆਇਆ। ਉਹ ਬਿਨਾਂ ਕਿਸੇ ਕਾਰਨ, ਬਿਨਾਂ ਕੋਈ ਦੱਸਿਆ, ਉਹ ਬੋਲੀ ਰੱਦ ਕਰਕੇ 5 ਮਿੰਟ ਦੇ ਵਿੱਚ ਉੱਠ ਕੇ ਚਲੇ ਗਿਆ। ਅਸੀਂ 250-300 ਕਿਲੋਮੀਟਰ ਤੋਂ ਵਪਾਰੀ ਆਏ ਹਾਂ। ਇਹ ਲੋਕ ਰਾਜ ਦਾ ਇਹ ਅਫਸਰਸ਼ਾਹੀ ਜਿਹੜੀ ਆ, ਇਹ ਉਹ ਲੋਕ ਰਾਜ ਦਾ ਕਤਲ ਕਰ ਰਹੇ ਨੇ। ਆ ਬੋਲੀ ਇਹਨਾਂ ਦੇ ਇੱਕ ਪ੍ਰੋਬਲਮ ਸੀਗੀ ਕਿ ਅਸੀਂ ਜਿਹੜੀ ਆ 50,000 ਦੀ ਅਮਾਊਂਟ ਹੈਗੀ ਆ ਤਾਂ ਜਮ੍ਹਾਂ ਕਰਵਾਉਣੀ ਹੈਗੀ ਐਕਸਟਰਾ ਬੋਲੀ ਤੋਂ, ਕਿ ਜਿਹਦੇ ਨਾਲ ਜਿਹੜੇ ਉਹ ਜਿਹੜੇ ਟੋਏ ਪੱਟੇ ਹੈਗੇ ਆ ਤਾਂ ਉਹ ਪੂਰਨ ਦੇ ਲਈ, ਪਰੰਤੂ ਠੇਕੇਦਾਰਾਂ ਵੱਲੋਂ ਜਿਹੜਾ ਕੋਈ ਇਹਦੇ ਚ ਨਾਨੁਕਰ ਕੀਤੀ ਗਈ ਤੇ ਇਸ ਕਰਕੇ ਬੋਲੀ। ਉਹ ਕਹਿੰਦੇ ਡਿਪਟੀ ਡਾਇਰੈਕਟਰ ਸਾਹਿਬ ਬਿਨਾਂ ਦੱਸੇ ਜਿਹੜਾ ਹੈਗਾ ਨਹੀਂ, ਉਹ ਜੀ ਕਿਉਂਕਿ ਜਿਹੜਾ ਉਹਨਾਂ ਜਦੋਂ ਉਹ ਕਹਿੰਦੇ ਸੀਗੇ ਤਾਂ ਇਹ ਨਹੀਂ ਮੰਨਦੇ ਸੀ। ਜੋ ਸਾਡੇ ਡਿਪਟੀ ਸਾਹਿਬ ਡਾਇਰੈਕਟਰ ਸਾਹਿਬ ਕਹਿ ਕੇ ਗਏ, ਮੈਂ ਇਹਨਾਂ ਨੂੰ ਕਿਹਾ ਇਹਦਾ ਰੋਲਾ ਪਾਉਣ ਲੱਗ ਪਏ ਜੀ, ਤੇ 50,000 ਰੁਪਏ ਅਸੀਂ ਨਹੀਂ ਜਮ੍ਹਾਂ ਕਰਾਉਣਾ, ਇਹਨਾਂ ਦੀ ਮਿਹਨਤਾਂ ਵੀ ਕੀਤੀਆਂ। ਫਿਰ ਹੁਣ ਕਿਸ ਚੀਜ਼ ਦਾ ਸੀ 50,000? 50,000 ਰੁਪਈਆ ਵੀ ਤੁਸੀਂ ਸਿਕਿਉਰਿਟੀ ਤੌਰ ਤੇ ਦੋਗੇ ਜਾਂ ਟੋਏ ਪੂਰੇ ਹੋ ਜਾਣਗੇ ਤੁਹਾਨੂੰ ਵਾਪਸ ਕੀਤੇ। ਉਹ 5 ਲੱਖ ਤੋਂ ਐਕਸਟਰਾ ਸੀ? ਹਾਂਜੀ, ਐਕਸਟਰਾ ਸੀ। ਤੇ ਉਹ ਮਸਲੇ ਇਸ ਗੱਲ ਨੂੰ ਨਹੀਂ ਮੰਨੇ? ਨਹੀਂ ਮੰਨੇ, ਇਸ ਕਰਕੇ ਫਿਰ ਬੋਲੀ ਕੈਂਸਲ ਕਰਤੀ। ਹਾਂਜੀ, ਬੋਲੀ।